ਸਾਬਕਾ ਸੈਨਿਕ ਸੰਪਰਕ ਪ੍ਰੋਗਰਾਮ ਦਾ ਭਵਾਨੀਗੜ੍ਹ ਵਿਖੇ ਆਯੋਜਨ ਕੀਤਾ ਗਿਆ। ਸਰਕਾਰੀ ਹਾਈ ਸਕੂਲ ਭਵਾਨੀਗੜ੍ਹ ਵਿਖੇ ਅੱਜ ਸਾਬਕਾ ਸੈਨਿਕ ਸੰਪਰਕ ਪ੍ਰੋਗਰਾਮ, ਜਿਸ ਵਿੱਚ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਮੌਕੇ ਪਰ ਮੌਜੂਦ ਡਾਕਟਰਾਂ ਦੀ ਟੀਮ ਨੇ ਚੈੱਕਅਪ ਕੀਤਾ। ਇਸ ਮੌਕੇ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਵੀ ਕੀਤੀ ਗਈ। ਉਚੇਚੇ ਤੌਰ 'ਤੇ ਕਰਨਲ ਅਤੁਲ ਭਾਰਦਵਾਜ ਐਡਮ, ਕਮਾਂਡੈਂਟ ਸੰਗਰੂਰ, ਉਹਨਾਂ ਨਾਲ ਲੈਫਟੀਨੈਂਟ ਕਰਨਲ CH ਵਿਜੇ ਅਤੇ ਭਵਾਨੀਗੜ੍ਹ ਦੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਵੀ ਮੌਜੂਦ ਸਨ। ਕੰਟੈਕਟ ਪ੍ਰੋਗਰਾਮ ਇਸ ਲਈ ਚਲਾਇਆ ਗਿਆ ਹੈ ਤਾਂ ਕਿ ਆਪ ਕੀ ਜੋ ਵੀ ਪ੍ਰੋਬਲਮ ਹੈ ਵੋ ਆਪ ਕੰਸਰਨ ਡਿਪਾਰਟਮੈਂਟ ਸੇ ਮੈਡੀਕਲ ਬੈਂਕ ਰਿਕਾਰਡ ਐਡਮਿਨਿਸਟ੍ਰੇਟਿਵ ECHS ਕੇ ਬਾਰੇ ਮੈਂ ਬਤਾਏ ਔਰ ਉਨ ਪਰ ਕਾਰਵਾਈ ਹੋ। ਮੁਝੇ ਸੰਗਰੂਰ ਮੇਂ ਵੀ ਅਭੀ ਤਕਰੀਬਨ 2.5 ਸਾਲ ਕਾ ਅਰਸਾ ਹੁਆ ਹੈ ਔਰ ਜੋ ਆਮੂਮਨ ਮੇਰੇ ਸਾਹਮਣੇ ਐਕਸ ਸਰਵਿਸਮੈਨ ਕੀ ਪ੍ਰੋਬਲਮ ਆਈ ਵੋ ਤਕਰੀਬਨ ECHS ਸੇ ਰਿਲੇਟਿਡ ਹੈ, ਜੋ ਕਿ ਅੰਡਰਸਟੈਂਡੇਬਲ ਹੈ। ਕੁਛ CSD ਸੇ ਰਿਲੇਟਿਡ ਹੈ ਔਰ ਕੁਛ ਆਪਕੇ ਬੱਚੋਂ ਕੀ ਤਰਫ ਸੇ। ਮੈਂ ਇੱਕ ਇੱਕ ਕਰਕੇ ਆਪਕੋ ਇਨ ਤਿੰਨੋ ਬ੍ਰੌਡ ਪ੍ਰੋਬਲਮਸ ਕਾ ਹੱਲ। ਸਭਸੇ ਪਹਿਲੇ ECHS ਫੈਸਿਲਿਟੀ ਤਮਾਮ ਐਕਟ ਸਰਵਿਸ ਮੈਨ ਕੋ ਲਾਗੂ ਹੈ, ਜਿਨ੍ਹਾਂ ਪੈਨਸ਼ਨੇਬਲ ਸਰਵਿਸ ਕੀ ਹੈ ਔਰ ਜਿਨਕੇ ਪਾਸ PPO ਪੈਨਸ਼ਨ ਪੇਮੈਂਟ ਆਰਡਰ ਮੌਜੂਦ। ਜਿਸਕੇ ਪਾਸ ਪੇਮੈਂਟ ਪੈਨਸ਼ਨ ਆਰਡਰ ਨਹੀਂ ਹੈ, ਜੈਸੇ ਕਈ ਲੋਕ ਹੈ ਜੋ ਕਿਸੇ ਵੀ ਵਜ੍ਹਾ 15 ਸਾਲ ਨੌਕਰੀ ਕਰਨੇ ਤੋਂ ਪਹਿਲੇ ਆ ਗਏ, 5 ਸਾਲ 10 ਸਾਲ ਉਨਕੋ ਬਹੁਤ ਕੀ ਤਰਫ ਸੇ ਜੋ ਸਹੂਲੀਅਤ ਦੀ ਜਾਤੀ ਹੈ ਵੋ ਲਾਗੂ ਨਹੀਂ, ਕਿਉਂਕਿ ਜੋ ਵੀ ਸਕੀਮ ਲਿੰਕ ਹੈ ਵੋ ਆਪਕੇ PPO ਸੇ ਲਿੰਕ। ਅਭੀ ਅਭੀ ਇੱਕ ਖਵਾਤੀਨ ਮੇਰੇ ਪਾਸ ਆਈ, ਮੈਂ ਆਪਕੋ ਬਤਾਨਾ ਚਾਹਤਾ ਹੂੰ ਕਿ ਕੋਈ ਵੀ ਅਗਰ ਐਸਾ ਕੇਸ ਹੈ ਤੋ ਅਗਰ ਐਕਟ ਸਰਵਿਸ ਮੈਨ ਕੇ ਪਾਸ PPO ਹੈ ਤੋ ਆਪਕੇ ਜੋ ਵੀ ਬੱਚੇ ਹੈ ਕਿਸੀ ਵਜ੍ਹਾ ਸੇ ਜਿਸਮਾਨੀ ਹਾਲਤ ਸੇ ਠੀਕ ਨਹੀਂ, ਮੈਂਟਲ ਦਿਮਾਗੀ ਹਾਲਤ ਸੇ ਠੀਕ ਨਹੀਂ, ਜੋ ਕਮਾ ਨਹੀਂ ਸਕਦੇ, ਜੋ ਜਿਨਕੀ ਤਨਖਾਹ ਜਾਂ ਮੰਥਲੀ ਇਨਕਮ 9,000 ਰੁਪਏ ਮਹੀਨੇ ਸੇ ਕਮ ਹੈ, ਉਨਕੋ ਆਪਕੇ ਬੈਨੀਫਿਟ ਲਾਗੂ ਹੈ।